ਜਿਵੇਂ ਜਿਵੇਂ ਕਿਸਾਨੀ ਸੰਘਰਸ਼ ਤੇਜ਼ ਹੁੰਦਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਹਰ ਵਰਗ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਦੇ ਚਲਦਿਆਂ ਕਿਸਾਨਾਂ ਦੇ ਹੱਕ ਵਿੱਚ ਸ਼ਾਹੀ ਸ਼ਹਿਰ ਪਟਿਆਲਾ ਦੇ ਲੋਕ ਇਕਜੁੱਟ ਹੋਏ। ਇਸ ਦੌਰਾਨ ਉਹਨਾਂ ਸ਼ਾਂਤੀਪੂਰਵਕ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਦੀ ਗੁਜ਼ਾਰਿਸ਼ ਵੀ ਕੀਤੀ। ਮਾਰਚ ਦੇ ਦੌਰਾਨ ਔਰਤਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕਰਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ। ਇਸ ਦੇ ਨਾਲ ਹੀ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਔਰਤਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਅੱਗੇ ਤੋਂ ਕੋਈ ਵੀ ਵੋਟ ਨਹੀਂ ਪਾਵੇਗਾ। ਆਓ ਸੁਣਦੇ ਹਾਂ ਕੀ ਕਹਿਣਾ ਹੈ ਸ਼ਾਹੀ ਸ਼ਹਿਰ ਪਟਿਆਲਾ ਦੇ ਲੋਕਾਂ ਦਾ। ਕਿ ਅੱਜ ਤੋਂ ਬਾਅਦ ਤੁਸੀਂ ਮੋਦੀ ਵਰਗੀ ਸਰਕਾਰ ਨੂੰ ਕਦੀ ਵੋਟ ਨਹੀਂ ਦੇਣੀ, ਜੋ ਕਿ ਸਾਡੇ ਭੈਣ ਭਰਾਵਾਂ ਨੂੰ ਇੰਨੀ ਠੰਡ ਵਿੱਚ, ਇੰਨੀ ਕਹਿਰ ਦੀ ਸਰਦੀ ਵਿੱਚ ਆਪਣੇ ਬਾਰਡਰ 'ਤੇ ਲੈ ਕੇ ਖੜਿਆ ਕਿ ਰਾਜਧਾਨੀ ਦੇ ਅੰਦਰ ਜਾਣ ਦਾ ਵੀ ਹੁਕਮ ਨਹੀਂ ਦੇ ਰਿਹਾ, ਔਰ ਜੋ ਭਰਾ ਸੰਸਦ ਭਵਨ ਵਿੱਚ ਜਾ ਰਹੇ ਹਨ ਉਹ ਵੀ ਡਰ ਕੇ ਵਾਪਸ ਆ ਰਹੇ ਹਨ, ਉਹਨਾਂ ਨੂੰ ਵੀ ਡਰਨ ਦੀ ਕੋਈ ਲੋੜ ਨਹੀਂ। ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਕਿਸਾਨਾਂ ਨਾਲ ਹੀ ਰਹਾਂਗੇ। ਜੇ ਕਿਸਾਨ ਬੀਜਣਗੇ ਤਾਂ ਅਸੀਂ ਲੋਕ ਖਾਵਾਂਗੇ, ਜੇ ਕਿਸਾਨ ਨਹੀਂ ਬੀਜਣਗੇ ਤਾਂ ਅਸੀਂ ਲੋਕ ਭੁੱਖੇ ਮਰ ਜਾਵਾਂਗੇ। ਮੋਦੀ ਕਹਿੰਦਾ ਹੈ ਕਿ ਇਸ ਦੇਸ਼ ਨੂੰ ਫੌਰਨ ਬੁਲਾਓ, ਇਹ ਦੇਸ਼ ਫੌਰਨ ਤੋਂ ਵੀ ਕਈ ਗੁਣਾ ਅੱਗੇ ਹੈ। ਬਾਹਰ ਵਾਲੇ ਲੋਕ ਵੀ ਸਾਡੇ ਤੋਂ ਮੰਗਾ ਮੰਗਾ ਕੇ ਖਾਂਦੇ ਹਨ ਅਤੇ ਸਾਨੂੰ ਹੀ ਮੁੜ ਕੇ ਕਹਿੰਦੇ ਹਨ ਕਿ ਕਾਨੂੰਨ ਸਾਡੇ ਹੱਥਾਂ ਵਿੱਚ ਦਿਓ, ਅਸੀਂ ਕਾਨੂੰਨ ਉਹਨਾਂ ਨੂੰ ਨਹੀਂ ਦੇਣਾ। ਕਿਸਾਨ ਯੂਨੀਅਨ ਜ਼ਿੰਦਾਬਾਦ, ਕਿਸਾਨ ਯੂਨੀਅਨ ਜ਼ਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਮੁੱਦਾ ਤਾਂ ਜੀ ਇਸ ਵੇਲੇ ਪੂਰੇ ਹਿੰਦੁਸਤਾਨ ਨੂੰ ਲੁਟੇਰਿਆਂ ਵੱਲੋਂ ਲੁੱਟਿਆ ਜਾ ਰਿਹਾ, ਇਸ ਕਰਕੇ ਇੱਥੇ ਖੜ੍ਹੇ ਹੋਏ ਹਾਂ ਅਸੀਂ ਇਕੱਠੇ ਹੋਏ ਹਾਂ। ਇਹਨਾਂ 'ਚ ਇੱਕ ਵੀ ਬੰਦਾ ਜਾਂ ਇੱਕ ਵੀ ਅਜਿਹੀ ਗੱਲ ਨਹੀਂ ਸਾਨੂੰ ਲੱਗ ਰਹੀ ਵੀ ਜਿੱਥੇ ਇਹ 420 ਨਹੀਂ ਕਰ ਰਿਹਾ। ਚੜ੍ਹਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਤਰਨਜੋਤ ਸਿੰਘ ਦੀ ਰਿਪੋਰਟ।